चेतन सिंह जोड़ा मतलब ठीक साहब कोई परेशानी काम कराना है कोई परेशानी है नहीं सर कोई परेशानी नहीं है बेटा कोई परेशानी है सर बहुत ही बढ़िया स्टाफ है अपने समान दे तुसी मैं समान दे नहीं नहीं कहते काम कर नहीं सर मैं काम ही कराना है आपका ओके चलो यहां बेटा ठीक हो अस कर लो बेटा थोड़ा कौन है हेड सोमवार को बेटा ना किन्ने बंदे का काम है शाम ऑफिस च बलकार दूजा जिहड़ा भी होगा उहदे लई पहुंचना चाहिए किहड़े का की काम की किहड़े का की काम रोज़ दी मैनू ओह चाहिए ठीक है उधर कौन आने पता कि एक लाइन लगने चाहिए बिल्कुल जे कल मान लो जिवें आम पहला रेंट की पेमेंट का पैसे का उधर कौन है ਉਹਨੂੰ ਵੀ ਕਹੋ ਮੈਨੂੰ ਠੀਕ ਹੈ ਠੀਕ ਹੈ ਕੋਈ ਤਕਲੀਫ ਨਹੀਂ ਆਉਣਾ ਮੈਂ ਅੱਜ ਤਾਂ ਜਾਣਾ ਮਸਲ ਮਸਲ ਸਾਹਿਬ ਜਾਣਾ ਆ ਕੇ ਫਿਰ ਮੈਂ ਤੁਸੀਂ ਮੈਨੂੰ ਨਾ ਜਿਹੜੇ ਹੈੱਡ ਨੇ ਉਹ ਜ਼ਰੂਰੀ ਬੇਟਾ ਤੁਸੀਂ ਸਮਝਣਾ ਤੁਹਾਡੇ ਰਿਸਪੈਕਟ ਦੇਣੀ ਹੈ ਸਭ ਨੂੰ ਕੋਈ ਵੀ ਆਉਂਦਾ ਕੋਈ ਚੇਅਰ ਵਗੈਰਾ ਦੀ ਲੋੜ ਹੈ ਮੈਨੂੰ ਦੱਸਣਾ ਮੈਂ ਆਪ ਅਰੇਂਜ ਕਰਵਾਊਂਗਾ ਜਿੱਥੋਂ ਮਰਜ਼ੀ ਕਰ ਠੀਕ ਹੈ ਨਾ ਹਰ ਇੱਕ ਨੂੰ ਬਿਲਕੁਲ ਮਹਿਸੂਸ ਹੋਵੇ ਵੀ ਦਫ਼ਤਰ ਚਾਹੀਦੇ ਇਹ ਮਹਿਸੂਸ ਨਾ ਹੋਵੇ ਵੀ ਪਤਾ ਨਹੀਂ ਕਿੱਡਾ ਕੁ ਸੰਕਟ ਝੱਲ ਕੇ ਆਏ ਸੋ ਇਸ ਕਰਕੇ ਮੇਰੀ ਰਿਕੁਐਸਟ ਹੈ ਤੁਸੀਂ ਮੇਰੇ ਬੱਚੇ ਹੋ ਬੇਟੇ ਹੋ ਤੁਹਾਨੂੰ ਜੇ ਜੋਬ ਵਿੱਚ ਹੈ ਪ੍ਰਾਈਵੇਟ ਜੋਬ ਮਿਲੀ ਹੈ ਅਸੀਂ ਸਾਡੇ ਜਿਹੜੇ ਆਉਂਦੇ ਨੇ ਇਹ ਸਾਡੇ ਮਰਦੇ ਕਸਟਮਰ ਨੇ ਇਹਨਾਂ ਨੇ ਬਾਰ ਬਾਰ ਆਉਣਾ ਕਿਉਂ ਬਹੁਤ ਛੋਟੇ ਛੋਟੇ ਕੰਮਾਂ ਵਾਸਤੇ ਹਰਾਸ਼ ਨਹੀਂ ਕਰਨਾ ਜਿਹੜਾ ਆ ਗਿਆ ਉਹਦਾ ਮਸਲਾ ਹੱਲ ਕਰਨਾ ਉਹ ਜਦੋਂ ਵਿੰਡੋ 'ਤੇ ਆ ਗਿਆ ਉਦੋਂ ਆ ਕੇ ਮੋੜਨਾ ਨਹੀਂ ਵੀ ਹਾਂ ਤੇਰਾ ਆਹ ਕਾਗਜ਼ ਨੇ ਉਹ ਕਾਗਜ਼ ਨਹੀਂ ਇੱਕ ਬੰਦੇ ਦੀ ਪ੍ਰੋਪਰ ਡਿਊਟੀ ਸਵੇਰੇ ਜਿਹੜੇ ਆਉਂਦੇ ਨੇ ਉਹਨਾਂ ਦਾ ਚੈੱਕ ਕਰੋ ਕਿ ਜੇ ਉਹਨਾਂ ਦਾ ਕੋਈ ਕਾਗਜ਼ ਨਹੀਂ ਹੈ ਉਹਨਾਂ ਨੂੰ ਸਵੇਰੇ ਕਹਿ ਦਿਓ ਵੀ ਆਹ ਤੁਹਾਡੇ ਕਾਗਜ਼ ਨਹੀਂ ਹੈ ਉਹਨਾਂ ਨੂੰ ਸਾਰਾ ਦਿਨ ਉਹਨੇ ਬਿਠਾ ਕੇ ਸ਼ਾਮ ਨੂੰ ਮੋੜਨਾ ਵੀ ਹੈ ਉਹ ਆਪਾਂ ਨੇ ਚੰਗਾ ਕੁਛ ਕਰਕੇ ਦੇਣਾ 5 ਸਾਲਾਂ ਚ ਮੈਂ 5 ਸਾਲ ਵਾਸਤੇ ਐਮਐਲਏ ਨਹੀਂ ਬਣਨਾ ਮੈਨੂੰ ਜਦੋਂ ਮਰਜ਼ੀ ਯਾਦ ਕਰੋ ਤੁਹਾਡਾ ਭਰਾ ਹਰ ਟਾਈਮ ਤੁਹਾਡੇ ਚ ਹਾਜ਼ਰ ਪਲੀਜ਼ ਸ਼ਿਕਾਇਤ ਦਾ ਮੌਕਾ ਨਹੀਂ ਪੈਸਾ ਬਿਲਕੁਲ ਨਹੀਂ ਲੈਣਾ ਬਿਲਕੁਲ ਵੀ लाल पीली काली जिहड़ी भी कापी है वह प्रोपर बननी चाहिए कोई ये नहीं भी सिफारिश चेतन की आऊगी अष्टम की आऊगी ना वह प्रोपर बना के दोगी मैंने पुत्र ठीक है सोमवार को मैं फिर विजिट करूंगा ठीक है जी धन्यवाद।